ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਕੀਤਾ ਆਪਣਾ ਮੈਨੀਫੈਸਟੋ। 20 ਲੱਖ ਨੌਕਰੀਆਂ ਦਾ ਕੀਤਾ ਵਾਅਦਾ। ਸੁਖਬੀਰ ਬਾਦਲ ਬੋਲੇ, ਮੁੜ ਤੋਂ ਸੱਤਾ ਦੇ ਵਿੱਚ ਪਰਤੇ ਤਾਂ ਮਾਲਵਾ ਬੈਲਟ ਬਣੇਗੀ ਟੈਕਸਟਾਈਲ ਹੱਬ। ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੈਨੀਫੈਸਟੋ ਨੂੰ ਦੱਸਿਆ ਝੂਠ ਦਾ ਬੁਲਿੰਦਾ, ਕਿਹਾ ਝੂਠ ਬੋਲ ਰਹੇ ਨੇ ਅਕਾਲੀ। ਕੈਪਟਨ ਅਮਰਿੰਦਰ ਸਿੰਘ ਨੇ ਮੁੜ ਬੋਲਿਆ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਿਆਸੀ ਹਮਲਾ ਬੋਲੇ, ਪੰਜਾਬ ਨੂੰ ਕੀਤਾ ਬਰਬਾਦ। ਪੰਜਾਬ ਦੇ ਚੋਣ ਪਿੜ ਵਿੱਚ ਪ੍ਰਚਾਰ ਦੇ ਲਈ ਉਤਰੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ। ਅਬੋਹਰ ਵਿੱਚ ਪਾਰਟੀ ਉਮੀਦਵਾਰ ਦੇ ਲਈ ਕੀਤਾ ਪ੍ਰਚਾਰ। ਰਾਜਨਾਥ ਬੋਲੇ, ਮੁੜ ਤੋਂ ਆਈ ਸਰਕਾਰ ਤਾਂ ਨਸ਼ੇ ਦੇ ਖਿਲਾਫ ਕਰਾਂਗੇ ਕਰੜੀ ਕਾਰਵਾਈ। ਸੁਖਬੀਰ ਬਾਦਲ ਨੇ ਨਸ਼ੇ ਤੇ ਠੱਲ ਪਾਉਣ ਦੇ ਲਈ ਸੈਕਿੰਡ ਲਾਈਨ ਆਫ ਡਿਫੈਂਸ ਬਣਾਉਣ ਦਾ ਕੀਤਾ ਐਲਾਨ। ਪੰਜਾਬ ਕੀ ਬਾਤ ਦਾ ਕਾਰਵਾਂ ਪਹੁੰਚਿਆ ਅੰਮ੍ਰਿਤਸਰ। ਸੰਪਾਦਕ ਦਿਨੇਸ਼ ਸ਼ਰਮਾ ਨੇ ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣ ਦੇ ਉਮੀਦਵਾਰਾਂ ਨਾਲ ਕੀਤੀ ਚੋਣਾਂ ਦੇ ਮੁੱਦਿਆਂ ਤੇ ਗੱਲਬਾਤ। ਵਿਦਿਆਰਥੀਆਂ ਨੇ ਆਗੂਆਂ ਤੋਂ ਪੁੱਛੇ ਸਿੱਧੇ ਸਵਾਲ। ਕੇਂਦਰ ਸਰਕਾਰ ਨੇ ਦਿੱਤੀ ਕਿਸਾਨਾਂ ਨੂੰ ਵੱਡੀ ਰਾਹਤ। ਕਿਸਾਨਾਂ ਨੂੰ ਲੋਨ ਚੁਕਾਉਣ ਦੇ ਲਈ 2 ਮਹੀਨੇ ਦਾ ਵਾਧੂ ਸਮਾਂ। ਕੈਬਨਿਟ ਦੀ ਬੈਠਕ ਦੇ ਵਿੱਚ ਲਿਆ ਗਿਆ ਫੈਸਲਾ। ਸਰਕਾਰ ਨੇ ਜਾਰੀ ਕੀਤੀ ਨੋਟੀਫਿਕੇਸ਼ਨ। ਜੰਮੂ ਕਸ਼ਮੀਰ ਦੇ ਗਾਂਦਰਬਲ ਦੇ ਵਿੱਚ ਸੁਰੱਖਿਆ ਦਸਤਿਆਂ ਨਾਲ ਮੁੱਠਭੇੜ ਦੇ ਵਿੱਚ ਦੋਨੋਂ ਦਹਿਸ਼ਤਗਰਦ ਢੇਰ। ਲਸ਼ਕਰ ਦੇ ਨੇ ਮਾਰੇ ਗਏ ਦਹਿਸ਼ਤਗਰਦ। ਰਾਜੌਰੀ ਦੇ ਵਿੱਚ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਇੱਕ ਘੁਸਪੈਠੀਆ ਢੇਰ।